ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰੀਏ ਛੋਟੇ ਬੱਚਿਆਂ ਬਾਰੇ ਵੀ ਜਿਹੜੇ ਬੱਚੇ ਸਕੂਲ ਪੜ੍ਹਨ ਜਾਂਦੇ ਜੀ ਤੇ ਉਹਨਾਂ ਦੇ ਕੁਝ ਵੀ ਪੜਿਆ ਲਿਖਿਆ ਯਾਦ ਨਹੀਂ ਰਹਿੰਦਾ ਹੈਗਾ ਬੱਚੇ ਭੁੱਲਣ ਲੱਗ ਜਾਂਦੇ ਛੇਤੀ ਜਾਂ ਬੱਚੇ ਤਤਲਾਉਣ ਲੱਗ ਜਾਂਦੇ ਆ ਜੀ ਜਾਂ ਬੱਚਿਆਂ ਨੂੰ ਨੀਂਦ ਵਧੀਆ ਨਹੀਂ ਆਉਂਦੀ ਦਿਮਾਗ ਘੱਟ ਕੰਮ ਕਰਦਾ ਹੈਗਾ ਉਹਨਾਂ ਵਾਸਤੇ ਆਪਾਂ ਇੱਕ ਬਹੁਤ ਵਧੀਆ ਘਰੇਲੂ ਨੁਸਖਾ ਲੈ ਕੇ ਆਏ ਆ ਜਿਹੜਾ ਕਿ ਬਹੁਤ ਹੀ ਕਾਰਗਰ ਹੈ ਬੱਚਿਆਂ ਨੂੰ ਆਪਾਂ ਬਾਦਾਮ ਤਾਂ ਵੈਸੇ ਵੀ ਖਵਾਉਨੇ ਆ ਜਿਵੇਂ ਰਾਤ ਨੂੰ ਭਿਉਂ ਕੇ ਰੱਖਦੇ ਸਵੇਰੇ ਜਾਂਦਿਆਂ ਨੂੰ ਸਕੂਲ ਉਹਨਾਂ ਨੂੰ ਖਵਾਤਾ ਹਨ ਪਰ ਮੈਂ ਤੁਹਾਨੂੰ ਇਹ ਕਹਿਣੀ ਆ ਮੇਰੀਆਂ ਬੱਚੀਆਂ ਨੂੰ ਮੇਰੀਆਂ ਭੈਣਾਂ ਨੂੰ ਵੀ ਜਿਹੜੇ ਤੁਸੀਂ ਬੱਚਾ ਨੂੰ ਬਾਦਾਮ ਖਵਾਉਣਾ ਉਹ ਜਿਵੇਂ ਰਾਤ ਨੂੰ ਬੱਚਿਆਂ ਵਾਸਤੇ ਤੁਸੀਂ ਦੋ ਬਾਦਾਮ ਭਿਉਂ ਤੇ ਸਵੇਰੇ ਉਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਚੰਗੀ ਤਰ੍ਹਾਂ ਰਗੜ ਕੇ ਆਪਣੀਆਂ ਹਕੂੰਡੀਆਂ ਜੀਆਂ ਆਉਂਦੀਆਂ ਨੇ ਅੱਜ ਕੱਲ ਤੁਸੀਂ ਉਹਨਾਂ 'ਚ ਰਗੜ ਲਿਆ ਕਰੋ ਵਧੀਆ ਪੀਸ ਕੇ ਉਹਨਾਂ ਨੂੰ ਮਲਾਈਮ ਕਰਕੇ ਉਹਨਾਂ ਦਾ ਲੇਪ ਬਣਾ ਕੇ ਤੇ ਉਹਨੂੰ ਤੁਸੀਂ ਮੱਖਣੀ ਦੇ ਵਿੱਚ ਮਿਲਾ ਦਿਓ ਤਾਜੀ ਮੱਖਣੀ ਦੇ ਵਿੱਚ ਜਿਹੜਾ ਆਪਾਂ ਪੈਕਟਾਂ ਚ ਲਿਉਂਦੇ ਆ ਉਹ ਨਾ ਦਿਓ ਜੀ ਉਹਦੇ ਵਿੱਚ ਨਮਕ ਪਾਇਆ ਹੁੰਦਾ ਹੈ ਬੱਚਿਆਂ ਖਾਤਰ ਤਾਜੀ ਮੱਖਣੀ ਤਿਆਰ ਕਰ ਲਿਆ ਕਰੋ ਮੱਖਣੀ ਦੇ ਵਿੱਚ ਤੁਸੀਂ ਉਹਨੂੰ ਮਿਲਾ ਕੇ ਵਿੱਚ ਥੋੜੀ ਜੀ ਮਿਸ਼ਰੀ ਵੀ ਮਿਲਾ ਕੇ ਬੱਚੇ ਨੂੰ ਦੇ ਸਕਦੇ ਹੋ ਤੇ ਉਹ ਤੁਸੀਂ ਉਹਨਾਂ ਨੂੰ ਚਟਾਇਆ ਕਰੋ ਜੀ ਸਵੇਰੇ ਸਕੂਲ ਜਾਂਦਿਆਂ ਨੂੰ ਇਹ ਬਹੁਤ ਹੀ ਫਾਇਦੇਮੰਦ ਹੈ ਤੇ ਬਹੁਤ ਹੀ ਇਹਦਾ ਮਤਲਬ ਕਿ ਵਧੀਆ ਆਪਾ ਹੈ ਜੀ ਇਹ ਬੱਚਿਆਂ ਵਾਸਤੇ ਜਿਹੜਾ ਕਿ ਬਹੁਤ ਹੀ ਅਸਰਦਾਰਕ ਹੈ ਅਗਰ ਬੱਚੇ ਇਹ ਨਹੀਂ ਖਾਂਦੇ ਨਿਆਣੇ ਕਈ ਵੀ ਖਾਂਦੇ ਵੀ ਨਹੀਂਗੇ ਕਹਿ ਦਿੰਦੇ ਜੀ ਸਾਨੂੰ ਤਾਂ ਮੱਖਣੀ ਚੰਗੀ ਨਹੀਂ ਲੱਗਦੀ ਜਾਂ ਸਾਨੂੰ ਤਾਂ ਇਹ ਮਤਲਬ ਤਲੀ ਹੋਈ ਜੀ ਲੱਗਦੀ ਹੈ ਜਿਵੇਂ ਚੀਕਣਾ ਪੰਜਾ ਲੱਗਣ ਲੱਗ ਜਾਂਦਾ ਬੱਚੇ ਕਹਿ ਦਿੰਦੇ ਨੇ ਤਾਂ ਫਿਰ ਤੁਸੀਂ ਕੀ ਕਰਨਾ ਹੈ ਜੀ ਅਖਰੋਟ ਵੀ ਬੱਚਿਆਂ ਵਾਸਤੇ ਬਹੁਤ ਚੰਗੇ ਆ ਅਖਰੋਟ ਤੁਸੀਂ ਕਦੇ ਦੇਖਿਓ ਭੰਨ ਕੇ ਦੇਖਿਓ ਉਹਦੇ ਉੱਤੇ ਨਾ ਅਖਰੋਟ ਦੇ ਉੱਤੇ ਜਿਹੜੀ ਗਿਰੀ ਹੁੰਦੀ ਹੈ ਜੀ ਉਹਦੇ ਉੱਤੇ ਦਿਮਾਗ ਦੀ ਫੋਟੋ ਬਣੀ ਹੁੰਦੀ ਹੈਗੀ ਆ ਉਹ ਦਿਮਾਗ ਵਰਗਾ ਹੀ ਹੁੰਦਾ ਤੁਸੀਂ ਇੱਕ ਪਾਸੇ ਦਿਮਾਗ ਦੀ ਫੋਟੋ ਲਾ ਲਿਓ ਤੇ ਇੱਕ ਪਾਸੇ ਅਖਰੋਟ ਦੀ ਗਿਰੀ ਰੱਖ ਲਿਓ ਉਹ ਉਸੇ ਤਰ੍ਹਾਂ ਹੀ ਬਣਾ ਹੁੰਦਾ ਬੱਚੇ ਨੂੰ ਅਖਰੋਟ ਖਵਾਇਆ ਕਰੋ ਜੀ ਉਹ ਵੀ ਬਹੁਤ ਚੰਗੇ ਜਿਹੜਾ ਕਿ ਆਪਣੇ ਕੈਲਸ਼ੀਅਮ ਪ੍ਰੋਟੀਨ ਉਹਦੇ ਵਿੱਚ ਭਰਪੂਰ ਮਾਤਰਾ ਚ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਵਿਟਾਮਿਨ ਮਿਨਰਲ ਤੇ ਉਹ ਬੱਚੇ ਨੂੰ ਬਹੁਤ ਹੀ ਅਸਰਦਾਰਕ ਨੇ ਤੀਜੀ ਗੱਲ ਰਹੀ ਅਗਰ ਬੱਚਾ ਮਤਲਬ ਇਹੋ ਜੀਆਂ ਚੀਜ਼ਾਂ ਘੱਟ ਖਾਂਦਾ ਤਾਂ ਤੁਸੀਂ ਕੀ ਕਰਨਾ ਜੀ ਸ਼ੰਕਪੁਸ਼ਪੀ ਆਉਂਦੀ ਹੈ ਆਯੁਰਵੈਦਿਕ ਦੀ ਉਹ ਕਿਸੇ ਵੀ ਦੁਕਾਨ ਤੋਂ ਆਯੁਰਵੈਦਿਕ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਸ਼ੰਕਪੁਸ਼ਪੀ ਉਹਦਾ ਨਾਮ ਹੈ ਅਗਰ ਬੱਚੇ ਨੂੰ ਇਸ ਤਰ੍ਹਾਂ ਕਿਸੇ ਨੂੰ ਕੋਈ ਦਿੱਕਤ ਆ ਗਈ ਤਾਂ ਤੁਸੀਂ ਉਹ ਤਿੰਨ ਸ਼ੀਸ਼ੀਆਂ ਲਗਾਤਾਰ ਪਿਆ ਦਿਓ ਜੀ ਬਹੁਤ ਵਧੀਆ ਰਿਜ਼ਲਟ ਹੈ ਕਿਉਂਕਿ ਅਸੀਂ ਜਿਹੜੇ ਬੱਚਿਆਂ ਨੂੰ ਦੱਸਦੇ ਆ ਉਹ ਸਾਡੇ ਕੋਲੋਂ ਲੈ ਵੀ ਜਾਂਦੇ ਅਸੀਂ ਦੱਸ ਵੀ ਦਿਨੇ ਵੀ ਜਿਹੜੇ ਸ਼ਹਿਰ 'ਚ ਤੁਸੀਂ ਬੈਠੇ ਹੋ ਐ ਉਸੇ ਸ਼ਹਿਰ 'ਚੋਂ ਤੁਹਾਨੂੰ ਇਹ ਮਿਲ ਜੂਗੀ ਤੁਸੀਂ ਕਿਸੇ ਵੀ ਆਯੁਰਵੈਦ ਕਾਲੀ ਦੁਕਾਨ ਤੇ ਜਾਓ ਤਾਂ ਤੁਹਾਨੂੰ ਉੱਥੋਂ ਮੈਡੀਕਲ ਤੋਂ ਇਹ ਮਿਲ ਜੂਗੀ ਜੀ ਆਮ ਮੈਡੀਕਲਾਂ ਤੇ ਮਿਲ ਜਾਂਦੀ ਹੁੰਦੀ ਹੈ ਸ਼ੰਕਪੁਸ਼ਪੀ ਤੁਸੀਂ ਲਿਖ ਕੇ ਰੱਖ ਲਓ ਸ਼ੰਕਪੁਸ਼ਪੀ ਦੀ ਸੀਸੀ ਲੈਣੀ ਹੈ ਜੀ ਬਦਾਮਾਂ ਦੀ ਹੁੰਦੀ ਹੈ ਉਹ ਬਣੀ ਵੀ ਤੇ ਉਹ ਇੱਕ ਚਮਚਾ ਬੱਚੇ ਨੂੰ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਪਿਉਣਾ ਸ਼ੁਰੂ ਕਰ ਦਿਓ ਕੁਝ ਹੀ ਦਿਨਾਂ ਦੇ ਵਿੱਚ ਬੱਚੇ ਨੂੰ ਵਧੀਆ ਇਹਦਾ ਰਿਜ਼ਲਟ ਮਿਲੂਗਾ ਤੇ ਬੱਚਾ ਠੀਕ ਰਹਿਣ ਲੱਗ ਜੂਗਾ ਬੱਚਾ ਨੀਂਦ ਵੀ ਪੂਰੀ ਲੈਣ ਲੱਗ ਜੂਗਾ ਜੀ ਤੇ ਬੱਚੇ ਦਾ ਪੜ੍ਹਾਈ 'ਚ ਵੀ ਦਿਮਾਗ ਲੱਗਣ ਲੱਗ ਜੂਗਾ ਉਹਦੇ ਜੋ ਵੀ ਪੜਿਆ ਲਿਖਿਆ ਉਹਦੇ ਯਾਦ ਵੀ ਰਹਿਣ ਲੱਗ ਜੂਗਾ ਅਗਰ ਤੁੱਤਲਾਪਨ ਹੈਗਾ ਬੱਚੇ ਦੇ ਬੱਚਾ ਤੁੱਤਲਾ ਬੋਲਦਾ ਤੇ ਉਹ ਵੀ ਬਿਲਕੁਲ ਠੀਕ ਹੋ ਜੂਗਾ ਤੁਸੀਂ ਤਿੰਨ ਸ਼ੀਸ਼ੀਆਂ ਪਿਆ ਦਿਓ ਜੀ ਲਗਾਤਾਰ ਨਾਗਾ ਨਾ ਪਾਇਓ ਕਿਉਂਕਿ ਕਈ ਭੈਣਾਂ ਹੁੰਦੀਆਂ ਨੇ ਇੱਕ ਸ਼ੀਸ਼ੀ ਪਿਆਤੀ ਫਿਰ ਆਪਾਂ ਗੌਰ ਨਹੀਂ ਕਰਦੀਆਂ 15 20 ਦਿਨ ਫਿਰ ਨਿਕਲ ਜਾਂਦੇ ਆ ਇਹ ਤਾਂ ਫਿਰ ਉਹ ਗੱਲ ਹੋ ਜਾਂਦੀ ਹੈ ਜੀ ਵੀ ਅੱਧੇ ਇੱਕ ਕਿੱਲੇ ਨੂੰ ਆਪਾਂ ਪਾਣੀ ਲਾ ਲਿਆ ਤੇ ਜਦੋਂ ਉਹ ਆਪਣੀ 바ਰੀ ਆਈ ਉਹ ਫੇਰ ਸੁੱਕ ਗਿਆ ਤੇ ਜਦੋਂ ਉਹ ਫੇਰ ਲਾਉਨੇ ਆ ਉਸੇ ਅੱਧੇ ਕਿੱਲੇ ਤੱਕ ਗਾਹਾਂ ਜਾਂਦਾ ਹੈਗਾ ਗਾਂ ਫੇਰ ਉਦੋਂ ਅੱਗੇ ਨਹੀਂ ਵੱਧਦਾ ਜੇ ਤੁਸੀਂ ਕੋਰਸ ਕਰਨਾ ਤਾਂ ਤੁਸੀਂ ਇਹ ਲਗਾਤਾਰ ਕਰੋ ਜੀ ਇਹ ਤਿੰਨ ਸ਼ੀਸ਼ੀਆਂ ਤੁਸੀਂ ਲਗਾਤਾਰ ਪਿਆ ਦਿਓ ਤੇ ਇਹਦਾ ਬਹੁਤ ਹੀ ਅਸਰਦਾਰ ਅਸਰਦਾਰ ਰਿਜ਼ਲਟ ਹੈ ਜੀ ਬਹੁਤ ਹੀ ਵਧੀਆ ਰਿਜ਼ਲਟ ਹੈ ਇਹਦਾ ਤੇ ਤੁਸੀਂ ਇਹ ਬੱਚਿਆਂ ਨੂੰ ਪਿਉਣਾ ਸ਼ੁਰੂ ਕਰ ਦਿਓ ਜੀ ਤੇ ਬੱਚਾ ਸਵਸਥ ਰਹਿਣ ਲੱਗ ਜਾਣਗੇ ਠੀਕ ਹੈ ਜੀ ਮਿਲਦੇ ਆਂ ਫੇਰ ਆਪਾਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਸਤਰੀਕਾਲ